ਜੋ ਸਰਕਾਰ ਦੇ ਵਿੱਚ ਚੱਲ ਰਿਹਾ, ਕੈਬਨਿਟ ਮੰਤਰੀ ਰੁੱਸ ਰਹੇ ਨੇ ਜਾਂ ਬਿਆਨਬਾਜ਼ੀਆਂ ਚਾਹੇ ਉਹ ਰੰਧਾਵਾ ਸਾਹਿਬ ਹੋਣੀ ਕਰ ਰਹੇ ਨੇ, ਉਹਨਾਂ ਬਿਆਨਬਾਜ਼ੀਆਂ ਨੂੰ ਕਿਸ ਤਰ੍ਹਾਂ ਦੇ ਰਹੇ ਹੋ? ਕਿਉਂਕਿ ਹਲੇ ਤਾਂ ਬਹੁਤ ਸਮਾਂ ਪਿਆ ਸਰਕਾਰ ਦੇ ਵਿੱਚ। ਇਹ ਰੁੱਸਣਾ ਨਹੀਂ ਹੁੰਦਾ ਗਾ, ਇਟ ਇਜ਼ ਏ ਡੈਮੋਕ੍ਰੈਟਿਕ ਸਿਸਟਮ। ਅਸੀਂ ਕੈਬਨਿਟ 'ਚ ਬੈਠ ਕੇ ਜਾਂ ਕੈਬਨਿਟ ਤੋਂ ਬਾਹਰ ਬੈਠ ਕੇ ਅਸੀਂ ਕੋਈ ਵੀ ਚੀਜ਼ ਮੁੱਖ ਮੰਤਰੀ ਨੂੰ ਜਾਂ ਲੋਕਾਂ ਦੇ ਹਿੱਤ ਦੇ ਵਾਸਤੇ ਜੇ ਕੋਈ ਗੱਲ ਕਰੀਏ ਤਾਂ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਨਾਰਾਜ਼ਗੀ ਹੈ। ਇੱਕ ਫੀਲਿੰਗ ਹੈ, ਤੁਸੀਂ ਆਪਣੀ ਫੀਲਿੰਗ ਗੱਲ ਕਰੋ। ਸਰਕਾਰ ਕਹਿੰਦੇ ਕਿ ਇਹ ਸਰਕਾਰ ਦੇ ਵਿੱਚ ਅਫਸਰਸ਼ਾਹੀ ਭਾਰੀ ਹੈ। ਅਫਸਰਸ਼ਾਹੀ ਨੂੰ ਭਾਰੀ, ਉਹ ਤਾਂ ਪੋਲੀਟਿਕਸ ਦੇ ਜੇ ਸਹੀ ਇਸ਼ੂਜ਼ 'ਤੇ ਗੱਲ ਹੁੰਦੀ ਹੈ, ਜੇ ਸਹੀ ਇਸ਼ੂ ਹੈ ਤਾਂ ਉਹਦੇ 'ਤੇ ਬਿਊਰੋਕਰੇਟ ਕੀ ਕਰ ਸਕਦਾ ਹੈਗਾ? ਨੋ ਬਿਊਰੋਕਰੇਟ ਹੈਜ਼ ਦੀ ਪਾਵਰ ਅਬਵ ਦੀ ਲਾਅ। ਕਿਤੇ ਨਾ ਕਿਤੇ ਸਾਹਮਣਾ ਤੁਹਾਨੂੰ ਵੀ ਕਰਨਾ ਪਿਆ ਸੀ, ਅਫਸਰਸ਼ਾਹੀ ਤੁਹਾਡੇ 'ਤੇ ਵੀ ਕਿਤੇ ਕਿਤੇ ਭਾਰੀ ਪਈ ਸੀਗੀ ਇੱਕ ਟਾਈਮ 'ਤੇ। ਕੋਈ ਅਫਸਰਸ਼ਾਹੀ ਨਹੀਂ ਹੈਗੀ, ਅਫਸਰਸ਼ਾਹੀ 2 ਮਿੰਟ 'ਚ ਸਿੱਧੀ ਹੋ ਜਾਏਗੀ ਜੇ ਤੁਸੀਂ ਇਫ ਯੂ ਆਰ ਰਾਈਟ ਔਨ ਯੂਅਰ ਮਿਸ਼ਨ। ਜਲੰਧਰ ਦੇ ਸਪੋਰਟਸ ਇੰਡਸਟਰੀਅਲਿਸਟ ਨਾਲ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਨੇ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦੀਆਂ ਦਿੱਕਤਾਂ ਕੀ ਨੇ ਅਤੇ ਉਹਨਾਂ ਦੀਆਂ ਕੀ ਮੰਗਾਂ ਨੇ ਸਾਰੀਆਂ ਖੁੱਲ੍ਹ ਕੇ ਇੰਡਸਟਰੀਅਲਿਸਟ ਨੇ ਸੋਢੀ ਸਾਹਿਬ ਦੇ ਅੱਗੇ ਰੱਖੀਆਂ ਨੇ ਅਤੇ ਸੁਣੀਆਂ ਨੇ। ਸੋਢੀ ਸਾਹਿਬ, ਮੁੱਖ ਤੌਰ ਦੇ ਉੱਪਰ ਇਹਨਾਂ ਦੀਆਂ ਮੰਗਾਂ ਕੀ ਨੇ? ਵੈਸੇ ਤਾਂ ਜਿਹੜੀਆਂ ਮੰਗਾਂ ਨੇ ਉਹ ਬੜੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ। ਦੇਖੋ, ਇਹਨਾਂ ਦੀ ਇੱਕ ਤਾਂ ਹੈ ਕਿ ਇਹਨਾਂ ਨੂੰ FAR ਜਿਹੜੀਆਂ ਆਲਰੇਡੀ ਇੰਡਸਟਰੀਜ਼ ਨੇ ਉਹ ਇਹ ਚਾਹੁੰਦੇ ਨੇ ਕਿ ਵੀ ਉਹਦੇ 'ਤੇ ਬਿਲਡਿੰਗ ਹੋਰ ਬਣਾਉਣ ਦਾ ਇਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਜਾਏ, ਵਿਚ ਆਈ ਥਿੰਕ ਇਜ਼ ਨੋਟ ਏ ਬਿਗ ਥਿੰਗ, ਇਟ ਕੁਡ ਹੈਪਨ। ਦੂਜਾ ਹੈਗਾ ਕਿ ਇੱਥੇ ਰਿਸਰਚ ਐਂਡ ਡਿਵੈਲਪਮੈਂਟ ਜਿਹੜਾ ਹੈਗਾ ਸੈਂਟਰ ਉਹ ਖੋਲ੍ਹਿਆ ਜਾਏ। ਤੀਸਰਾ ਹੈਗਾ ਕਿ ਜਿਹੜਾ ਬਰਟਨ ਪਾਰਕ ਹੈਗਾ ਉਹਦੀ ਜਿਹੜੀ ਡਿਵੈਲਪਮੈਂਟ ਹੈ ਉਹ ਨਹੀਂ ਹੋ ਰਹੀਗੀ। ਔਰ ਇਸ ਤਰ੍ਹਾਂ ਹੀ ਹੋਰ 2-4 ਗੱਲਾਂ ਹੈਗੀਆਂ ਜਿਹੜੀਆਂ ਕਿ ਇਹ ਚਾਹੁੰਦੇ ਨੇ ਕਿ ਜਿਹਦੇ ਨਾਲ ਸਾਡੀ ਐਕਸਪੋਰਟ ਵੱਧ ਜਾਏ, ਉਹਦੇ 'ਚੋਂ GST ਦਾ ਹੋਰ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੜੀ ਜਲਦੀ ਕੈਪਟਨ ਸਾਹਿਬ ਦੇ ਨਾਲ ਇਹਨਾਂ ਦੀ ਮੀਟਿੰਗ ਕਰਾ ਕੇ ਔਰ ਉੱਥੇ 1 ਗੋ 'ਚ ਹੀ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਲੰਧਰ ਸਪੋਰਟਸ ਦਾ ਹੱਬ ਹੈਗਾ, ਚਾਹੇ ਉਹਨੂੰ ਕਿਸੇ ਵੀ ਖੇਤਰ 'ਚ ਲਾ ਲਓ, ਫੁੱਟਬਾਲ ਜਾਂ ਕ੍ਰਿਕਟ ਦੇ ਖੇਤਰ 'ਚ, ਤਾਂ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਜਿਹੜੇ ਸਪੋਰਟਸ ਮਟੀਰੀਅਲ ਹੈਗਾ ਆ ਹੋਰ ਦੇਸ਼ਾਂ ਨੂੰ ਜੋ ਬਣਦਾ ਉਹਨਾਂ ਕੋਲੋਂ ਲੈ ਰਹੇ ਨੇ ਜਾਂ ਉਹਨੂੰ ਦੇ ਰਹੇ ਨੇ, ਉਹ ਜਲੰਧਰ ਦੇ ਕੋਲ ਆਵੇ? ਇਹਨਾਂ ਦੀ ਗੱਲ ਸਹੀ ਹੈਗੀ, ਜਲੰਧਰ ਦੀ ਅਤੇ ਸਾਰੇ ਹਿੰਦੁਸਤਾਨ ਦੀ ਐਕਸਪੋਰਟ ਜਿਹੜੀ ਹੈਗੀ 1400 ਕਰੋੜ ਰੁਪਏ ਦੀ ਹੈ। ਤਾਂ ਅਸੀਂ ਪਹਿਲਾਂ ਜਿਵੇਂ ਬੈਟ ਇੱਥੇ ਬਣਦੇ ਸੀਗੇ, ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀ ਇਹਨਾਂ ਚੀਜ਼ ਦੀ ਲੋੜ ਹੈਗੀ ਹੈ ਉਹ ਚੀਜ਼ਾਂ ਨੂੰ ਇੱਥੇ ਮੁਹੱਈਆ ਕਰਾਵਾਂਗੇ, ਰੋ ਮਟੀਰੀਅਲ ਆਏਗਾ ਤਾਂ ਹੀ ਇਹ ਇੰਡਸਟਰੀ ਚੱਲੇਗੀ ਨਾ। ਇਹਨਾਂ ਨੂੰ ਅਸੀਂ ਜਿਹੜੇ ਇਹਨਾਂ ਦੇ ਇਸ਼ੂਜ਼ ਨੇ, ਇਹਨਾਂ ਦੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਗੀਆਂ, ਸੋ ਉਹ ਅਸੀਂ ਆਲਰੇਡੀ ਐਕਟ ਪਾਸ ਕਰ ਦਿੱਤਾ ਹੈਗਾ ਕਿ ਜਿੱਥੇ ਪੰਚਾਇਤ ਦੀ ਜ਼ਮੀਨ ਹੈ, ਜਿੱਥੇ ਪੰਚਾਇਤ ਚਾਹੁੰਦੀ ਹੈ ਵੀ ਅਸੀਂ ਜ਼ਮੀਨ ਇਹ ਦੇ ਦਈਏ ਔਰ ਉਹ ਕੁਛ ਹੋਰ ਕਰਨਾ ਚਾਹੁੰਦੇ ਨੇ, ਉੱਥੇ ਅਸੀਂ ਇੰਡਸਟਰੀ ਇਹਨਾਂ ਦੀ ਲਗਵਾਵਾਂਗੇ। ਹਾਲ ਹੀ ਦੇ ਵਿੱਚ ਸਰਕਾਰ ਨੇ ਕਬੱਡੀ ਕੱਪ ਕਰਵਾਇਆ, ਬਹੁਤ ਵਧੀਆ ਅਤੇ ਸਮੂਥ ਗਿਆ, ਤਾਂ ਹੁਣ ਅਗਲੇ ਸਾਲ ਓਲੰਪਿਕਸ ਦੀ ਤਿਆਰੀ ਵੀ ਸਰਕਾਰ ਨੂੰ ਲੱਗਦਾ ਕਿ ਕਰ ਰਹੀ ਹੋਊਗੀ, ਕਿਸ ਤਰ੍ਹਾਂ ਦੀ ਤਿਆਰੀ ਹੈ ਅਤੇ ਕੀ ਉਮੀਦਾਂ? ਬਹੁਤ ਅੱਛੀ ਤਿਆਰੀ ਹੈ ਸਾਨੂੰ, ਮੈਂ ਆਪ ਫੀਲ ਕਰਦਾ ਕਿ ਪੰਜਾਬ ਦੇ ਕੁਛ ਪਲੇਅਰਸ ਜਿਹੜੇ ਨੇ ਦੇ ਵੁੱਡ ਬੀ ਡੈਫੀਨੇਟਲੀ ਇਨ ਦੀ ਮੈਰਿਟ ਟੈਲੀ ਐਂਡ ਵੀ ਆਰ ਕੁਆਈਟ ਹੋਪਫੁਲ। ਮੈਂ ਆਖਰੀ ਸਵਾਲ ਇਸ ਮੁੱਦੇ ਤੋਂ ਹਟ ਕੇ ਥੋੜ੍ਹਾ ਜਿਹਾ ਲਊਂਗਾ ਕਿ ਜੋ ਸਰਕਾਰ ਦੇ ਵਿੱਚ ਚੱਲ ਰਿਹਾ, ਕੈਬਨਿਟ ਮੰਤਰੀ ਰੁੱਸ ਰਹੇ ਨੇ ਜਾਂ ਬਿਆਨਬਾਜ਼ੀਆਂ ਚਾਹੇ ਉਹ ਰੰਧਾਵਾ ਸਾਹਿਬ ਹੋਣੀ ਕਰ ਰਹੇ ਨੇ, ਉਹਨਾਂ ਬਿਆਨਬਾਜ਼ੀਆਂ ਨੂੰ ਕਿਸ ਤਰ੍ਹਾਂ ਦੇ ਰਹੇ ਹੋ? ਕਿਉਂਕਿ ਹਲੇ ਤਾਂ ਬਹੁਤ ਸਮਾਂ ਪਿਆ ਸਰਕਾਰ ਦੇ ਵਿੱਚ। ਇਹ ਰੁੱਸਣਾ ਨਹੀਂ ਹੁੰਦਾ ਗਾ, ਇੱਕ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ। ਜੇ ਉਹ ਗੱਲ ਕਰੀਏ ਤਾਂ ਉਹਨੂੰ ਰੁੱਸਣਾ ਨਹੀਂ ਕਹਿੰਦੇ ਗੇ। ਸਪੋਜ਼ ਤੁਸੀਂ ਕਹੋ ਜੀ ਕਿ ਮੈਂ ਇਸ ਰਸਤੇ ਨਹੀਂ ਇਸ ਰਸਤੇ ਚੱਲੀਏ, ਅਤੇ ਮੈਂ ਕਹਿੰਦਾ ਜੀ ਇੱਧਰ ਦੀ ਸ਼ਾਰਟਕੱਟ ਪਏਗਾ, ਦੈਟ ਡਜ਼ਨਟ ਮੀਨ ਕਿ ਮੈਂ ਰੁੱਸ ਗਿਆ, ਇਟਸ ਮਾਈ ਸੁਜੈਸ਼ਨ। ਐਂਡ ਉਹ ਸਾਰੀਆਂ ਸੁਜੈਸ਼ਨ ਜਿਹੜੀਆਂ ਨੇ, ਚੀਫ ਮਿਨਿਸਟਰ ਦਾ ਕੀ ਕੰਮ ਹੁੰਦਾ? ਚੀਫ ਮਿਨਿਸਟਰ ਇਜ਼ ਦਾ ਚੀਫ ਆਫ ਦੀ ਮਿਨਿਸਟਰ, ਠੀਕ ਹੈ ਕਿ ਨਹੀਂ, ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ। ਸੋ ਫਾਈਨਲ ਜਿਹੜੀ ਉਹਦੇ 'ਤੇ ਕਾਲ ਹੈ ਉਹ ਚੀਫ ਮਿਨਿਸਟਰ ਨੇ ਲੈਣੀ ਹੈ। ਕੁਝ ਕਨਫਿਊਜ਼ਨ ਤਾਂ ਹੈਗੀ ਹੈ ਕਿਤੇ ਨਾ ਕਿਤੇ, ਕਿਉਂਕਿ ਜਿਸ ਤਰੀਕੇ ਨੇ ਬਿਆਨਬਾਜ਼ੀ ਰੰਧਾਵਾ ਸਾਹਿਬ ਨੇ ਕੀਤੀ, ਕਨਫਿਊਜ਼ਨ ਮੀਡੀਆ ਜ਼ਿਆਦਾ ਕ੍ਰੀਏਟ ਕਰ ਦਿੰਦਾ, ਹੋਰ ਕੋਈ ਕਨਫਿਊਜ਼ਨ? ਅਸੀਂ ਤੁਹਾਡੇ ਕੋਲ ਤਾਂ ਹੀ ਕਲੀਅਰ ਕਰ ਲਈ ਆਏ ਹਾਂ। ਕੋਈ ਕਨਫਿਊਜ਼ਨ ਨਹੀਂ ਹੈਗਾ, ਐਵਰੀਬਾਡੀ ਇਜ਼ ਦੇਅਰ ਐਂਡ ਇਟ ਇਜ਼ ਏ ਡੈਮੋਕ੍ਰੈਟਿਕ ਸਿਸਟਮ। ਅਸੀਂ ਕੈਬਨਿਟ 'ਚ ਬੈਠ ਕੇ ਜਾਂ ਕੈਬਨਿਟ ਤੋਂ ਬਾਹਰ ਬੈਠ ਕੇ ਅਸੀਂ ਕੋਈ ਵੀ ਚੀਜ਼ ਮੁੱਖ ਮੰਤਰੀ ਨੂੰ ਜਾਂ ਲੋਕਾਂ ਦੇ ਹਿੱਤ ਦੇ ਵਾਸਤੇ ਜੇ ਕੋਈ ਗੱਲ ਕਰੀਏ ਤਾਂ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਨਾਰਾਜ਼ਗੀ ਹੈ। ਇੱਕ ਫੀਲਿੰਗ ਹੈ, ਤੁਸੀਂ ਆਪਣੀ ਫੀਲਿੰਗ ਗੱਲ ਕਰੋ। ਸਰਕਾਰ ਕਹਿੰਦੇ ਕਿ ਇਸ ਸਰਕਾਰ ਦੇ ਵਿੱਚ ਅਫਸਰਸ਼ਾਹੀ ਭਾਰੀ ਹੈ। ਅਫਸਰਸ਼ਾਹੀ ਨੂੰ ਭਾਰੀ, ਉਹ ਤਾਂ ਪੋਲੀਟਿਕਸ ਦੇ ਜੇ ਸਹੀ ਇਸ਼ੂਜ਼ 'ਤੇ ਗੱਲ ਹੁੰਦੀ ਹੈ, ਜੇ ਸਹੀ ਇਸ਼ੂ ਹੈ ਤਾਂ ਉਹਦੇ 'ਤੇ ਬਿਊਰੋਕਰੇਟ ਕੀ ਕਰ ਸਕਦਾ ਹੈਗਾ? ਨੋ ਬਿਊਰੋਕਰੇਟ ਹੈਜ਼ ਦੀ ਪਾਵਰ ਅਬਵ ਦੀ ਲਾਅ। ਮੈਂ ਇਸ ਕਰਕੇ ਪੁੱਛਿਆ ਕਿਉਂਕਿ ਕਿਤੇ ਨਾ ਕਿਤੇ ਸਾਹਮਣਾ ਤੁਹਾਨੂੰ ਵੀ ਕਰਨਾ ਪਿਆ ਸੀ, ਅਫਸਰਸ਼ਾਹੀ ਤੁਹਾਡੇ 'ਤੇ ਵੀ ਕਿਤੇ ਕਿਤੇ ਭਾਰੀ ਪਈ ਸੀਗੀ ਇੱਕ ਟਾਈਮ 'ਤੇ। ਨਹੀਂ ਦੇਖੋ, ਇਹ ਗਲਤ ਗੱਲ ਹੈ, ਜੇ ਅਫਸਰਸ਼ਾਹੀ ਭਾਰੀ ਨਹੀਂ ਹੁੰਦੀਗੀ, ਜੇ ਇਫ ਯੂ ਐਮ ਐਲ ਏ ਕਹਿ ਰਹੇ ਨੇ, ਪਟਿਆਲਾ ਦੇ ਐਮ ਐਲ ਏ ਕਹੀ ਜਾਂਦੇ ਨੇ, ਯੂ ਆਰ ਰਾਈਟ ਇਨ ਯੂਅਰ ਮਿਸ਼ਨ,
ਕੋਈ ਅਫਸਰਸ਼ਾਹੀ ਨਹੀਂ ਹੈਗੀ। ਅਫਸਰਸ਼ਾਹੀ 2 ਮਿੰਟ 'ਚ ਸਿੱਧੀ ਹੋ ਜਾਏਗੀ ਜੇ ਤੁਸੀਂ ਇਫ ਯੂ ਆਰ ਰਾਈਟ ਔਨ ਯੂਅਰ ਮਿਸ਼ਨ। ਗੱਲ ਖਤਮ ਹੋ ਗਈ। ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ 2 ਮਿੰਟ 'ਚ ਖਤਮ ਕਰ ਦੇਣ। ਉਹ ਹੋ ਜਾਂਦੀ ਹੈ ਕਈ ਵਾਰੀ, ਦੇਰ ਆਰ ਮਿਸਅੰਡਰਸਟੈਂਡਿੰਗ, ਦੇਰ ਆਰ ਸੋ ਮੈਨੀ ਥਿੰਗਸ, ਕੋਈ ਹਰਡਲਸ ਆ ਜਾਂਦੀਆਂ ਨੇ, ਪਰ ਐਸੀ ਕੋਈ ਗੱਲ ਨਹੀਂ, ਕੋਈ ਨਾਰਾਜ਼ ਹੈ ਜਾਂ ਕੋਈ ਐਸੀ ਗੱਲ ਨਹੀਂ। ਧੰਨਵਾਦ, ਗੱਲਬਾਤ ਕਰ ਲਈ। ਸੋ ਇਹ ਨੇ ਰਾਣਾ ਗੁਰਮੀਤ ਸਿੰਘ ਸੋਢੀ, ਜਿਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਕਨਫਿਊਜ਼ਨ ਜਿਹੜੀ ਆ ਉਹ ਕ੍ਰੀਏਟ ਹੋ ਸਕਦੀ ਆ, ਆਪੋ ਆਪਣੇ ਰਸਤੇ ਜਿਹੜੇ ਅਲੱਗ ਹੋ ਸਕਦੇ, ਵਿਚਾਰਾਂ ਅਲੱਗ ਹੋ ਸਕਦੀਆਂ ਨੇ, ਪਰ ਨਾਰਾਜ਼ਗੀ ਨਹੀਂ ਆ। ਪਰ ਸੁਖਜਿੰਦਰ ਸਿੰਘ ਰੰਧਾਵਾ ਹੋਣਾਂ ਦੇ ਜੋ ਬਿਆਨ ਸੀਗੇ ਉਹਨਾਂ ਤੋਂ ਨਾਰਾਜ਼ਗੀ ਸਾਫ਼ ਝਲਕਦੀ ਸੀਗੀ, ਕਿਉਂਕਿ ਮੁੱਦਾ ਬੜਾ ਸੈਂਸਿਟਿਵ ਆ। ਜਿਸ ਮੁੱਦੇ ਦੇ ਉੱਪਰ ਸਰਕਾਰ ਬਣਾਈ ਸੀ, ਉਹ ਮੁੱਦਾ ਬਰਗਾੜੀ ਵਾਲਾ, ਬੇਦਬੀ ਵਾਲਾ ਜੋ ਮੁੱਦਾ ਹੈਗਾ, ਉਹੀ ਮੁੱਦਾ ਅਜੇ ਤੱਕ ਹੱਲ ਨਹੀਂ ਹੋਇਆ। ਅਤੇ ਅਫਸਰਸ਼ਾਹੀ ਦੇ ਸਵਾਲ ਦੇ ਉੱਪਰ ਕਿਤੇ ਨਾ ਕਿਤੇ ਇਹਨਾਂ ਨੇ ਵੀ ਅਫਸਰਸ਼ਾਹੀ ਦਾ ਜਿਹੜਾ ਨੁਕਸਾਨ ਜਿਹੜਾ ਸੀਗਾ ਝੱਲਿਆ ਸੀਗਾ, ਜੋ ਅਫਸਰਸ਼ਾਹੀ ਭਾਰੀ ਹੋਈ ਸੀਗੀ, ਆਮ ਲੋਕਾਂ ਦੇ ਉੱਪਰ ਭਾਰੀ ਹੋਈ ਸੀ, ਪਰ ਅਫਸਰਸ਼ਾਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਰਾਣਾ ਗੁਰਮੀਤ ਸਿੰਘ ਸੋਢੀ ਹੋਣਾਂ ਦੇ ਉੱਪਰ ਵੀ ਭਾਰੀ ਹੋਈ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਗੱਡੀ ਦੇ ਵਿੱਚ ਉਹਨਾਂ ਦੇ ਹੀ ਜਿਹੜੇ ਸਿਕਿਉਰਿਟੀ ਦੇ ਮੁਖੀ ਹੈਗੇ ਆ ਉਹਨਾਂ ਨੇ ਨਹੀਂ ਬੈਠਣ ਦਿੱਤਾ ਸੀ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।